You coming to my YouTube channel TM Star Records। ਅੱਜ ਦੇ ਇਸ ਵੀਡੀਓ ਵਿੱਚ ਅਸੀਂ ਸਿੱਖਾਂਗੇ ਕਿਸ ਤਰ੍ਹਾਂ ਇੱਕ ਪਿਆਨੋ ਨੋਟ ਤੁਹਾਡਾ ਮੈਲੋਡੀ 'ਚ ਕਨਵਰਟ ਹੋ ਜਾਂਦਾ ਹੈ। ਜ਼ਰੂਰੀ ਨਹੀਂ ਕਿ ਤੁਹਾਨੂੰ ਕੋਡ ਆਉਣੇ ਚਾਹੀਦੇ ਹਨ, ਜ਼ਰੂਰੀ ਨਹੀਂ ਕਿ ਤੁਹਾਨੂੰ ਮਿਊਜ਼ਿਕ ਦੀ ਜ਼ਿਆਦਾ ਨੌਲੇਜ ਹੋਣੀ ਚਾਹੀਦੀ ਹੈ, ਇੱਕ ਥੋੜ੍ਹੀ ਜਿਹੀ ਸਮਝ ਹੋਣੀ ਦਾ ਵੀ ਬਹੁਤ ਤੁਹਾਡੇ ਵਾਸਤੇ ਲਾਭਦਾਇਕ ਹੈ। ਜੇ ਥੋੜ੍ਹੀ ਜਿਹੀ ਤੁਸੀਂ ਮਿਊਜ਼ਿਕ ਦੀ ਸਮਝ ਰੱਖਦੇ ਹੋ, ਜਿਵੇਂ ਕਿ ਬਿਗਨਰ ਨੇ ਜਾਂ ਜਿਨ੍ਹਾਂ ਨੂੰ ਔਲਰੇਡੀ ਪਤਾ ਹੈ ਉਹਨਾਂ ਨੂੰ ਇਸ ਚੀਜ਼ ਬਾਰੇ ਗਿਆਨ ਹੋਏਗਾ। ਜੇ ਤੁਹਾਡੀ ਇੱਕ ਨੋਟ ਹੈ ਨਾ ਜਿਹੜਾ, ਉਹ ਵੀ ਤੁਹਾਡਾ ਨੋਟ ਪੂਰੀ ਬੀਟ ਦੇ ਵਿੱਚ ਚੇਂਜ ਹੋ ਸਕਦਾ ਹੈ। ਅਤੇ ਅੱਜ ਤੁਹਾਨੂੰ ਇਹੀ ਸਿਖਾਇਆ ਜਾਏਗਾ ਕਿ ਕਿਸ ਤਰ੍ਹਾਂ ਇੱਕ ਨੋਟ ਪਿਆਨੋ ਦਾ, ਲਾਈਕ ਤੁਸੀਂ ਇਹ ਦੇਖ ਰਹੇ ਹੋ ਨਾ ਗ੍ਰੈਂਡ ਪਿਆਨੋ, ਇਹਦਾ ਇੱਕ ਨੋਟ ਅਸੀਂ ਫੜਾਂਗੇ ਅਤੇ ਇੱਕ ਨੋਟ ਦੀ ਹੀ ਅਸੀਂ ਮੈਲੋਡੀ ਬਣਾਵਾਂਗੇ। ਅਤੇ ਥੋੜ੍ਹਾ ਜਿਹਾ ਆਪਾਂ ਉਹਨੂੰ ਟ੍ਰਿਕ ਨੂੰ ਯੂਜ਼ ਕਰਾਂਗੇ ਅਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਸੋ ਜਿਹਨੇ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਉਹ ਸਬਸਕ੍ਰਾਈਬ ਕਰ ਸਕਦਾ ਹੈ, ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਪਤਾ ਚੱਲਦਾ ਰਹੇ ਕਿ ਤੁਸੀਂ ਕੁਝ ਲਰਨ ਕਰ ਰਹੇ ਹੋ ਜਾਂ ਤੁਹਾਡੇ ਦਿਮਾਗ 'ਚ ਕੋਈ ਇੱਦਾਂ ਦਾ ਆਈਡੀਆ ਹੈ ਕਿ ਜਿਹੜਾ ਮੇਰੇ ਦਿਮਾਗ 'ਚ ਨਹੀਂ ਹੈ। ਸੋ ਮੈਂ ਤੁਹਾਡੇ ਤੋਂ ਸਿੱਖ ਸਕਾਂ ਅਤੇ ਜਿਹੜੀ ਚੀਜ਼ ਤੁਸੀਂ ਸਿੱਖਣਾ ਚਾਹੋ ਜਾਂ ਮੈਨੂੰ ਪਤਾ ਹੈ ਅਤੇ ਮੈਂ ਤੁਹਾਨੂੰ ਉਸ ਬਾਰੇ ਦੱਸ ਸਕਾਂ। ਸੋ ਜ਼ਿਆਦੀਆਂ ਗੱਲਾਂ ਨਾ ਕਰਦੇ ਹੋਏ ਨੈਕਸਟ ਬੀਟ ਵੱਲ ਚੱਲੀਏ। ਇੱਥੋਂ ਅਸੀਂ ਪਹਿਲਾਂ ਪਲੱਸ ਦਾ ਸਾਈਨ ਦਬਾ ਕੇ ਕੋਈ ਵੀ ਪਿਆਨੋ ਲੈ ਲੈਣਾ ਹੈ, ਲਾਈਕ ਜਿੱਦਾਂ ਤੁਸੀਂ ਦੇਖ ਰਹੇ ਹੋ ਸਮਾਰਟ ਪਿਆਨੋ, ਇਹਨੂੰ ਪ੍ਰੈਸ ਕਰਾਂਗੇ। ਇੱਥੋਂ ਜਿਹੜੀਆਂ ਤੁਹਾਨੂੰ ਚਾਰ ਰੈੱਡ ਡੋਟ ਦਿਖ ਰਿਹਾ ਉੱਥੇ ਪ੍ਰੈਸ ਕਰਾਂਗੇ। ਉਸ ਤੋਂ ਬਾਅਦ ਅਸੀਂ ਤਿੰਨ ਲਾਈਨਾਂ 'ਤੇ ਜਾਵਾਂਗੇ। ਹੁਣ ਦੇਖੋ ਇਹ ਸਾਡੇ ਕੋਲ ਆ ਗਿਆ ਇੱਥੇ ਗ੍ਰੈਂਡ ਪਿਆਨੋ, ਇਹਦੇ ਅਸੀਂ ਮਿਡਲ 'ਚ ਕਲਿੱਕ ਕਰਾਂਗੇ ਤਾਂ ਡੀਟ ਆਏਗਾ। ਡੀਟ ਕਰਨਾ ਤੁਸੀਂ ਇਸ ਨੂੰ, ਜਿਵੇਂ ਕਿ ਅਸੀਂ ਆਖਿਆ ਹੈ ਕਿ ਇੱਕ ਨੋਟ ਦੇ ਨਾਲ ਹੀ ਅਸੀਂ ਮੈਲੋਡੀ ਬਣਾਉਣੀ ਹੈ। ਅਤੇ ਇੱਕ ਨੋਟ ਦੀ ਵਰਤੋਂ ਕਰਕੇ ਹੀ ਤੁਹਾਨੂੰ ਦੱਸਾਂਗਾ ਮੈਂ ਕਿਸ ਤਰ੍ਹਾਂ ਤੁਸੀਂ ਮੈਲੋਡੀ ਬਣਾ ਸਕਦੇ ਹੋ। ਇੱਥੋਂ ਪਲੱਸ ਦੇ ਸਾਈਨ ਤੋਂ ਅਸੀਂ ਇੱਕ ਬਾਰ ਲੈ ਲੈਣੀ ਹੈ। ਇੱਕ ਬਾਰ ਦੇ ਉੱਤੇ ਆਪਾਂ ਕੋਈ ਵੀ ਨੋਟ ਲੈ ਲਈਏ। ਈਜ਼ੀ ਤਰੀਕਾ ਹੈ ਤੁਹਾਨੂੰ ਮੈਂ ਦੱਸਾਂਗਾ, ਇਹ ਸੀ ਨੋਟ ਹੈ। ਹੁਣ ਅਸੀਂ ਇਸ ਦੀ ਹੀ ਮੈਲੋਡੀ ਬਣਾਉਣੀ ਹੈ ਅਤੇ ਕਿਸ ਤਰ੍ਹਾਂ ਬਣਾਵਾਂਗੇ ਇਹੀ ਤੁਹਾਨੂੰ ਹੁਣ ਦੱਸਿਆ ਜਾਏਗਾ। ਦੇਖੋ ਇੱਕ ਹੀ ਨੋਟ ਹੈ, ਇੱਥੇ ਮੈਂ ਤੁਹਾਨੂੰ ਸ਼ੋ ਕਰਦਾ ਕਿ ਮੈਂ ਇੱਥੇ 86 ਦਾ BPM ਲਿੱਤਾ ਹੋਇਆ ਹੈ ਅਤੇ ਇਸ ਨਾਲ ਥੋੜ੍ਹੀ ਆਪਾਂ ਡਰੰਮ ਲੈ ਲੈਂਦੇ ਹਾਂ ਕਿ ਜਿਹਦੇ ਨਾਲ ਤੁਹਾਨੂੰ ਈਜ਼ੀ ਸਮਝਣਾ ਹੋ ਜਾਏਗਾ। ਤੁਸੀਂ ਦੇਖ ਰਹੇ ਹੋ ਸਾਡੇ ਕੋਲ ਇੱਕੋ ਹੀ ਨੋਟ ਹੈ, ਇੱਕੋ ਨੋਟ ਨੂੰ ਅਸੀਂ ਕਿਸ ਤਰ੍ਹਾਂ ਪਲੇ ਕਰ ਸਕਦੇ ਹਾਂ। ਤੁਹਾਡੇ ਦਿਮਾਗ 'ਚ ਵਿੱਚ ਇੱਦਾਂ ਦੀ ਸੋਚ ਹੋਏਗੀ ਕਿ ਇੱਕ ਨੋਟ ਨੂੰ ਸਾਨੂੰ ਕੀ ਪਤਾ ਕਿ ਇਹ ਨੋਟ ਕਿੱਥੇ ਲੱਗਣਗੇ। ਪਹਿਲਾਂ ਤੁਸੀਂ ਸਾਰਿਆਂ ਤੋਂ ਕਰਨਾ ਹੈ ਕਿ ਆਪਣੇ ਦਿਮਾਗ ਦੇ ਵਿੱਚ ਸੋਚ ਰੱਖਣੀ ਹੈ ਕਿ ਤੁਸੀਂ ਕਿਸ ਤਰ੍ਹਾਂ ਦਾ ਬੀਟ ਕੀ ਕਹਿਣਾ ਚਾਹੁੰਦੇ ਹੋ। ਲਾਈਕ ਇਹ ਦੇਖੋ ਜਿਵੇਂ ਢੋਲਕੀ ਵੱਜ ਰਹੀ ਹੈ, ਟੈਂ 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 ਟੈਂ, ਅਸੀਂ ਇਹ ਬਣਾਉਣਾ ਚਾਹੁੰਦੇ ਹਾਂ। ਹੁਣ ਇੱਕ ਨੋਟ ਲੈ ਲਓ, ਇੱਦਾਂ ਵੀ ਲੱਗ ਰਿਹਾ ਜਿਵੇਂ ਕਿ ਕੁਛ ਲੂਪ ਵੱਜੀ ਜਾ ਰਹੀ ਹੈ, ਇਹ ਕੋਈ ਮਿਊਜ਼ਿਕ ਦਾ ਬਣ ਨਹੀਂ ਰਿਹਾ। ਹੁਣ ਅਸੀਂ ਇਸ ਨੂੰ ਕੀ ਕਰਨਾ, ਸੈਟਿੰਗ ਦੇ ਵਿੱਚ ਜਾਣਾ ਹੈ
होम सेटिंग से जाना है, सेटिंग से जाके सॉरी ट्रैक कंट्रोल से जाना है, थोड़ी सी इन्हें इको दे देनी है। थोड़ा ट्रिपल कर लो, देखो कितनी मेलोडी जी हो गई है। इसनू ही तुसी एक होर कॉपी करना है, यही तुसी लूप नू कॉपी करके अगले सेक्शन विच ऐड कर लेना है। हुन इत्थे तुसी गैरेज बैंड दा आई ग्रैंड पियानो नहीं बजाना, तुसी इत्थे नू क्लिक करके कोई होर इंस्ट्रूमेंट पिक कर लो। असी इत्थे इलेक्ट्रिक पियानो ले लैने आ जां स्मूथ क्लैव ले लैने आ। नोट ओही हन, इक्को ही नोट है। हुन देखो इहदे नाल ढोलकी नाल ला के कितना स्वीट लगेगा। तुसी होर लेना है, फिर ही इसनू कॉपी कर लेना है। हुन तुसी इत्थे स्मूथ क्लैब नहीं लेनी, हुन इत्थे तुसी लेना है बेस, हिप हॉप बेस ले लेने। फेस सेटिंग दे विच जाना है, सेटिंग दे विच जाके ती जड़ी बेस तुसी देख रहे हो ना, इन्हू फुल बेस कर लेनी है, अच्छा ट्रिपल कटा लेना है। और जे तुसी करना चाहो एक नोट थले कर लेना है ऑक्टेव का। सेमी ट्यून थले कर लेनी है। हुन देखो कितना वधिया लगेगा। तुहानू इहदे च होर मजेदार चीज दसां, इह जिहड़ा तुसी फैक्स देख रहे हो ये ना तुसी वेस्टर्न स्टाइल बना सकते हो। ठीक है, हुण आपां इहदा एक रिथम विच पा देंगे, इहदे च इथों करांगे असीं ऑन। सब्सक्राइब शेयर एंड कमेंट ताकि नवी तो नवी डिफरेंट स्टाइल की वीडियो लैके आ सकता। थैंक यू, सी यू नेक्स्ट टाइम।